ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਸਾਰੇ ਜਾਣੂ ਹੋ, 6 ਜੂਨ 1984 ਜੋ ਸਿੱਖ ਇਤਿਹਾਸ ਦੇ ਅੰਦਰ ਹੀ ਨਹੀਂ ਬਲਕਿ ਹਿੰਦੁਸਤਾਨ ਦੀ ਹਿਸਟਰੀ ਦੇ ਅੰਦਰ ਬਲੈਕ ਡੇ ਦੇ ਤੌਰ 'ਤੇ ਮਨਾਇਆ ਜਾਏਗਾ, ਇਸੇ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਪੁੰਛ ਨੇ ਵੀ ਕੁਛ ਪ੍ਰੋਗਰਾਮ ਜਿਹੜੇ ਸਨ ਉਹ ਆਰਗਨਾਈਜ਼ ਕੀਤੇ ਸਨ, 1 ਤਰੀਕ ਤੋਂ ਲੈ ਕੇ 1 ਜੂਨ ਤੋਂ ਲੈ ਕੇ ਬੱਚਿਆਂ ਦੇ ਪਿੰਡਾਂ ਤੋਂ ਆਏ ਹੋਏ ਬੱਚਿਆਂ ਨੇ ਵੱਖ ਵੱਖ ਪ੍ਰੋਗਰਾਮ ਜਿਹੜੇ ਨੇ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਦਿੱਤੇ ਨੇ। 4 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ। ਕੱਲ੍ਹ 6 ਤਰੀਕ ਨੂੰ 7 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸ਼ਾਮ ਨੂੰ ਸਮਾਪਤੀ ਹੋਵੇਗੀ ਔਰ ਸ਼ਾਮ ਨੂੰ 7 ਵਜੇ ਤੋਂ ਲੈ ਕੇ ਲਗਭਗ 11 ਵਜੇ ਤੱਕ ਸਾਰਾ ਦੀਵਾਨ ਸਜਾਏ ਜਾਣਗੇ, ਜਿਹਦੇ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੋਏ ਢਾਡੀ ਜਥਾ ਉਹ ਇਤਿਹਾਸ ਦੇ ਨਾਲ ਸੰਗਤਾਂ ਨੂੰ ਜੋੜੇਗਾ। ਰਾਗੀ ਜਥਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਚੋਹਲਾ ਉਹ ਵੀ ਆ ਕੇ ਪੁੱਜੇ ਨੇ, ਉਹ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇੱਥੇ ਦੇ ਪ੍ਰਚਾਰਕ ਜਿਹੜੇ ਨੇ ਉਹ ਜੋ ਇਤਿਹਾਸ ਦੇ ਨਾਲ ਸੰਗਤਾਂ ਨੂੰ ਜੋੜਨਗੇ। ਮੈਂ ਸਮੁੱਚੀ ਪੁੰਛ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਅਸੀਂ ਸਾਰੇ ਆਪਣੇ ਨਿੱਜੀ ਕੰਮ ਕਾਜ ਇੱਕ ਪਾਸੇ ਛੱਡ ਕੇ ਇਹ ਜੋ ਦਿਨ ਹੈ ਇਹ ਸਿੱਖ ਕੌਮ ਦੇ ਲਈ ਬਹੁਤ ਵੱਡਾ ਦਿਨ ਸਮਝਿਆ ਜਾ ਸਕਦਾ ਹੈ, ਕਿਉਂਕਿ ਸਾਡੇ ਸਭ ਤੋਂ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਹ ਢੇਰੀ ਕੀਤਾ ਗਿਆ, ਜੋ ਹੈ ਸਿੱਖਾਂ ਦੇ ਇਤਿਹਾਸ ਨੂੰ ਖਤਮ ਕਰਨ ਦਾ ਇੱਕ ਯਤਨ ਕੀਤਾ ਗਿਆ ਸੀ। ਉਸ ਸਮੇਂ ਦੇ ਜੋ ਸ਼ਹੀਦ ਸਨ ਜਿਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਆਹੁਤੀ ਦੇ ਕੇ ਉਸ ਆਪਣੇ ਪਵਿੱਤਰ ਸਥਾਨ ਨੂੰ ਬਚਾਉਣ ਦਾ ਯਤਨ ਕੀਤਾ ਔਰ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ, ਇਸੇ ਸੰਬੰਧ ਵਿੱਚ ਸਾਰੇ ਪ੍ਰੋਗਰਾਮ ਰੱਖੇ ਗਏ ਨੇ। ਇਸੇ ਸੰਬੰਧ ਵਿੱਚ ਹਾਤਾ ਸਾਹਿਬ ਦੇ ਅੰਦਰ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ, ਜੋ ਕਿ ਮੂੰਹ ਬੋਲਦੀਆਂ ਤਸਵੀਰਾਂ ਉਸ ਸਮੇਂ ਦੇ ਦ੍ਰਿਸ਼ ਨੂੰ ਸੰਗਤਾਂ ਦੇ ਸਾਹਮਣੇ ਰੱਖ ਰਹੀਆਂ ਨੇ। ਆਓ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਸਾਰੇ ਨਿੱਜੀ ਕੰਮ ਕਾਜ ਇੱਕ ਪਾਸੇ ਰੱਖ ਕੇ ਅਸੀਂ ਇਹ ਜੋ 6 ਜੂਨ ਦਾ ਪ੍ਰੋਗਰਾਮ ਹੈ ਜੋ 7 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਹੋਵੇਗਾ, ਉਹਦੇ ਵਿੱਚ ਆ ਕੇ ਸ਼ਾਮਿਲ ਹੋਈਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਉਸ ਇਤਿਹਾਸ ਨੂੰ ਸਰਵਣ ਕਰੀਏ ਕੀ ਕਾਰਨ ਸਨ ਕਿ ਬਲੂ ਸਟਾਰ ਓਪਰੇਸ਼ਨ ਜਿਹੜਾ ਹੈ ਹੋਇਆ ਹੈ, ਕੀ ਸਾਨੂੰ ਇਹ ਚੀਜ਼ਾਂ ਹੋਰ ਸਮਝਣ ਦੀਆਂ ਲੋੜ ਹੈ ਕਿ ਕਿਸ ਕਿਸਮ ਦੇ ਹਾਲਾਤ ਸਾਡੇ ਵਾਸਤੇ ਬਣ ਸਕਦੇ ਨੇ ਜਾਂ ਬਣਨਗੇ ਜਾਂ ਬਣ ਰਹੇ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣ ਦਾ ਇੱਕ ਯਤਨ ਕੀਤਾ ਜਾਵੇਗਾ। ਮੈਂ ਸਮੁੱਚੀ ਸੰਗਤ ਨੂੰ ਇੱਕ ਵਾਰ ਫਿਰ ਬੇਨਤੀ ਕਰਦਾ ਹਾਂ ਕਿ ਆਪਣੇ ਸਾਰੇ ਕੰਮ ਕਾਜ ਇੱਕ ਪਾਸੇ ਰੱਖ ਕੇ ਜ਼ਰੂਰ ਜਿਹੜਾ ਹੈ ਉਹ ਇਸੇ 6 ਜੂਨ ਨੂੰ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਪੁੱਜਣ ਦੀ ਕਿਰਪਾਲਤਾ ਕਰੋ। ਗੁਰੂ ਕੇ ਲੰਗਰ ਵੀ ਵਰਤਾਏ ਜਾਣਗੇ ਔਰ ਇਹਦੇ ਨਾਲ ਨਾਲ ਹੀ ਇੱਕ ਪ੍ਰੋਗਰਾਮ ਜਿਹੜਾ ਹੈ ਮੈਂ ਨਹੀਂ ਬੋਲ ਸਕਿਆ ਕਿ ਬੱਚਿਆਂ ਦਾ ਇੱਕ ਦਸਤਾਰ ਕੰਪੀਟੀਸ਼ਨ ਜਿਹੜਾ ਸੀ ਉਹ ਵੀ ਕਰਵਾਇਆ ਗਿਆ ਇਸੇ ਸੰਬੰਧ ਦੇ ਵਿੱਚ ਔਰ ਜੋ ਵਿਜੇਤਾ ਬੱਚੇ ਆਏ ਸਨ ਉਹਨਾਂ ਨੂੰ ਜੋ ਹੈ ਬਾਕਾਇਦਾ ਜੋ ਹੈ ਸਨਮਾਨਿਤ ਕੀਤਾ ਗਿਆ ਹੈ। ਤੋ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਆਪ ਜੀ ਅਗਲੇ ਪ੍ਰੋਗਰਾਮਾਂ ਵਿੱਚ ਵੀ ਹੁਮ ਹੁਮਾ ਕੇ ਪੁੱਜੇ ਹੋ ਔਰ ਇਹ ਜੋ ਆਖਰੀ ਪ੍ਰੋਗਰਾਮ 6 ਜੂਨ ਦਾ ਪ੍ਰੋਗਰਾਮ ਹੈ
ਇਹਦੇ ਵਿੱਚ ਵੀ ਬਿਨਾਂ ਮਜ਼ਬੂਤ ਮਿਲਤ ਅਸੀਂ ਇਸ ਵਿੱਚ ਸ਼ਾਮਿਲ ਹੋ ਕੇ ਸਮਝ ਸਕੀਏ ਕਿ ਕਿਸ ਕਿਸਮ ਦੇ ਹਾਲਾਤ ਜਿਹੜੇ ਸਨ ਬਣੇ ਸਨ। ਵਿਸ਼ੇਸ਼ ਤੌਰ ਤੇ ਨਾਨਕ ਨਾਮ ਲੇਵਾ ਜਿੱਥੇ ਕਿਤੇ ਵੀ ਕੋਈ ਹੈ, ਬਾਹਰ ਤੋਂ ਪਿੰਡਾਂ ਤੋਂ ਵੀ ਕੋਈ ਆਉਣਾ ਚਾਹੁੰਦਾ ਹੈ, ਉਹ ਗੱਡੀਆਂ ਦਾ ਪ੍ਰਬੰਧ ਕਰ ਲਵੇ, ਉਹਦਾ ਜੋ ਵੀ ਖਰਚਾ ਹੋਵੇਗਾ ਉਹ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਦੇਵੇਗੀ। ਜੋ ਵੱਖ ਵੱਖ ਗੁਰਦੁਆਰੇ ਨੇ, ਜਿਸ ਤਰ੍ਹਾਂ ਦਰਾ ਹੋ ਗਿਆ, ਅਜੋਟ ਹੋ ਗਿਆ, ਦਿਗਵਾਰ ਹੋ ਗਿਆ, ਅਗਰ ਉੱਥੋਂ ਸੰਗਤਾਂ ਰਾਤ ਨੂੰ ਆਉਣਾ ਚਾਹੁੰਦੀਆਂ ਨੇ ਉਹ ਗੱਡੀਆਂ ਕਰਕੇ ਆ ਸਕਦੇ ਨੇ। ਔਰ ਉੱਥੇ ਦੇ ਪ੍ਰਧਾਨ ਸਾਹਿਬ ਜਿਹੜੇ ਵੀ ਹੋਣਗੇ, ਜਿਸ ਤਰ੍ਹਾਂ ਕੈਪਟਨ ਸੋਹਣ ਸਿੰਘ ਜੀ ਦਿਗਵਾਰ ਤੋਂ ਨੇ, ਕੈਪਟਨ ਅਜੀਤ ਸਿੰਘ ਜੀ ਉਹ ਦਰੇ ਤੋਂ ਨੇ, ਇਸ ਕਿਸਮ ਦੇ ਅਜੋਟ ਤੋਂ ਸਰਦਾਰ ਬਲਬੀਰ ਸਿੰਘ ਜੀ ਨੇ, ਇਹ ਆਪਣੀ ਸੰਗਤਾਂ ਨੂੰ ਗੱਡੀਆਂ ਦੇ ਹਿਸਾਬ ਵਿੱਚ ਲਿਆ ਕੇ ਆ ਜਾ ਸਕਦੇ ਨੇ। ਔਰ ਉਸਦਾ ਜੋ ਵੀ ਖਰਚਾ ਹੋਏਗਾ ਉਹ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਉਠਾਏਗੀ। ਤੋ ਮੈਂ ਸਾਰੀਆਂ ਸੰਗਤਾਂ ਪ੍ਰਤੀ ਇੱਕ ਵਾਰ ਫਿਰ ਬੇਨਤੀ ਕਰਦਾ ਹਾਂ ਕਿ ਸਾਰੇ ਪੁੱਜਣ ਦੀ ਕਿਰਪਾਲਤਾ ਕਰੋ। ਵੱਧ ਘੱਟ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।